स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल ते पहली बार वीडियो देख रहे हैं उन्हां नूं रिक्वेस्ट आ कि अपने यूट्यूब चैनल नूं सबसक्राइब कर लिओ। सो किसी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84270-19817। सो अज्ज आपां तुहानूं इक्को करो सत्त वैड़ा दिखाउणियां ते रेट भी वाजिब वाले बिल्कुल चार सूईयां होईयां ते बाकी तिन्न गब्बणां सौ अगे करदे वीरे स्टार्ट। आपां सत श्री अकाल भाई। सत श्री अकाल जी। हाँ जी भाई, नाम एड्रैस बोलो जी अपना। मेरा नाम गाजू है जी, ਟੰਗਰ ਡੇਅਰੀ ਫਾਰਮ ਦਿਆਲਪੁਰਾ ਮਿਰਜ਼ਾ। ਠੀਕ ਹੈ। ਡਿਸਟ੍ਰਿਕਟ ਬਠਿੰਡਾ ਤੇ ਏਰੀਆ ਆਪਣਾ ਭਗਤਾ ਭਾਈ ਕਹੀ ਗਈ। ਭਗਤਾ ਕਿੰਨੀ ਦੂਰ ਰਹਿ ਗਏ ਇੱਥੇ? ਇੱਥੇ 10 ਕਿਲੋਮੀਟਰ ਤੇ। ਤੇ ਭਾਈ ਰੂਪਾ? ਭਾਈ ਰੂਪਾ ਵੀ ਦਾਸ ਹੀ ਹੈ। ਠੀਕ ਹੈ। ਭਾਈ ਰੂਪਾ ਦਾਸ ਹੈ, ਭਗਤਾ ਦਾਸ ਹੈ, ਨਥਾਣਾ ਵੀ ਦਾਸ ਹੈ। ਠੀਕ ਹੈ। ਰਾਮਪੁਰ ਇੱਥੇ ਵੀ ਹੈ। ਸੈਂਟਰ ਜਾ ਗਿਆ ਦਿਆਲਪੁਰਾ ਭਾਈ ਦਾ। ਦਿਆਲਪੁਰਾ ਮਿਰਜ਼ੇ ਦਾ ਜੀ। ਦਿਆਲਪੁਰਾ ਮਿਰਜ਼ੇ ਦਾ। ਹਾਂਜੀ। ਤੇ ਨੰਬਰ ਬੋਲੇ ਜੀ ਆਪਣਾ। ਮੇਰਾ ਨੰਬਰ ਹੈਗਾ 99-51-5148। दूध दे दूगी 30-32 लीटर दुध भीर कहते पा दूगी प्योर एच एफ मूह चार दंद ओरिजिनल। हाँ, दूजे नंबर से आप ब्लैक कलर देखते पे हैं क्रॉस बैड। यह कि सूआ सूंदी है? ये दूसरा जी। ये दिन कि लेंगी जी? एक हफ्ता सून च। बाकी दुध अंदाजा है कि दे दूगी? ठीक है जी। भी लीटर दिन कुछ लेंगी जी, हफ्ता 10 दिन ले। बहुत गायब है, बहुत ही ਖਾਣ ਵਗੈਰਾ ਦੇਖੋ ਪੂਰਾ ਚੰਗਾ ਤੇ ਬਾਕੀ ਢੱਲ ਢੁੱਲ ਬਹੁਤ ਵੀ ਆਰਡਰ ਦੇ ਵਿੱਚ ਵਾਲੇ। ਤੇ ਮੁੱਲ ਇਹਦਾ ਕੀ ਰੱਖਿਆ ਜੀ ਆਪਾਂ? ਇਹਦਾ ਮੁੱਲ 55,000। ਹੋਲ ਦੁਬਾਰ ਨੂੰ ਸਿਰ 55,000 ਰੁਪਏ ਪੰਜਾਂ ਨੇ ਮੁੱਲ ਕੀਤਾ ਕ੍ਰੌਸ ਅੰਗ ਦੀ ਬੈੜਾ। ਬਹੁਤ ਸਰੀਰ ਦੀ ਬਹੁਤ ਸੋਹਣੀ ਫਿਟਿੰਗ ਆ ਬੱਚੀ ਦੀ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਆ ਜਾਨ ਵਾਲੀ ਤੇ ਅੱਗੇ ਦੇਖੋ ਸਾਤੀ ਪੂਰੀ ਪਤਲੀ ਜਾਂਦੀ ਵੀ ਆ, ਕੈਰੇਕਟਰ ਚੰਗਿਆ ਦੁੱਧ ਵਾਲੇ। ਤੇ ਬਾਕੀ ਲੇਵਾ ਬਹੁਤ ਸਾਫ ਸੁਥਰਾ, ਜਿੱਦੇ ਤਿਆਰ ਹੋ ਗਈ ਚਾਰ ਨਹੀਂ 8-8, 7-7 ਉਂਗਲੀ ਵਿੱਚ ਦੇ ਹਵਾਨੇ ਦੇ ਵਿੱਚ ਪੈ ਜਾਣੀ ਆ। ਥਣਾ ਦੀ ਪੂਰੀ ਸਾਫ ਸੁਥਰੀ, ਲੇਵੇ ਦਾ ਪਸ਼ੂ ਸਾਫ ਸੁਥਰਾ ਹੋਵੇ ਤਾਂ ਅੱਗੇ ਚੋਕੜ ਵਗੈਰਾ ਸੇਲ ਕਰਨ ਜੋ ਕੋਈ ਦਿੱਕਤ ਨਹੀਂ ਆਉਂਦੀ। ਆਪੋ ਲੇਵਾ ਬਹੁਤ ਚੰਗਾ ਲੱਗਿਆ ਤੇ ਮੈਨੂੰ ਵੀ ਪੂਰੇ ਸਾਫ ਸੁਥਰੇ ਲੇਵੇ ਦੂਜੇ ਨੰਬਰ ਵਾਲੀ ਸਰ। ਠੰਡੀ ਵਗੈਰਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਲੇਵਾ ਬਹੁਤ ਸਾਫ ਸੁਥਰਾ ਇਹਦਾ, ਚੰਗੇ ਸੋਹਣੇ ਲੇਵੇ ਦੀ। ਇਹ ਸੀਗੀ ਦੂਸਰੇ ਨੰਬਰ ਤੇ ਕ੍ਰੌਸ ਅੰਗ ਤੇ ਅੱਗੇ ਆ ਗਈ ਤੀਸਰੇ ਨੰਬਰ ਤੇ ਫੇਰ ਕ੍ਰੌਸ ਅੰਗ ਜੀ। ਇਹ ਕਿਹੜਾ ਸੂਆ ਸੁੰਦੀ ਹੈ? ਪਹਿਲਾ ਸੂਆ ਦਿਨ ਕਿੰਨੇ ਕੁ ਲੈਂਦੀ ਵਾਲੇ? ਇਹ ਦਿਨ ਹਫ਼ਤਾ ਲੈ ਜੂਗੀ ਜੀ, ਇੱਕ ਹਫ਼ਤਾ ਸੂਣ ਚ। ਬਾਕੀ ਦੁੱਧ ਦੀ ਕੀ ਉਮੀਦ ਹੈ ਇਸ ਤੋਂ ਜੀ? ਦੁੱਧ ਦੇ ਦੂਗੀ 13-14 ਲੀਟਰ ਕ੍ਰੌਸ ਅੰਗ ਚ ਪਲੂਣ ਪਹਿਲਾ ਸੂਆ ਸੁੰਦੀ ਪਈ ਹੈ ਤੇ ਰੇਟ ਆਪਾਂ ਇਹਦਾ ਕੀ ਕਰਦੇ ਹਾਂ? 40,000 ਰੁਪਏ ਬਣ ਜਾਣੇ ਦਾ ਮੁੱਲ ਕੀਤਾ ਤੀਸਰੇ ਨੰਬਰ ਤੇ ਦੂਸਰਾ ਸੋਰੀ ਪਹਿਲਾ ਸੂਆ ਸੁੰਦੀ ਪਈ ਹੈ। ਥਾਂਲੇ ਵੀ ਪੂਰੀ ਸਾਫ਼ ਸੁਥਰਾ ਦੇਖ ਰਹੇ ਹਾਂ, ਬਹੁਤ ਸਾਫ਼ ਸੁਥਰਾ। ਸਰ 40,000 ਰੁਪਏ ਸਰਫੇ ਦਾ ਮੁੱਲ ਆ, ਮਾੜੀ ਮੋਟੀ ਗੁਜਾਇਸ਼ ਮੌਕੇ ਤੇ ਹੋ ਜਾਣੀ ਆ, ਪਰ ਦੁੱਧ 15-16 ਕਿਲੋ ਇਹਨੇ ਦੇ ਦੇਣਾ, ਕੋਈ ਮਿਹਨਤ ਨਹੀਂ ਕਰਦਾ ਇਹਨੂੰ। ਸਰ ਥਾਂਲੇ ਦੇਖ ਸਕਦੇ ਹੋ ਠੰਡੀ ਵਗੈਰਾ ਪੂਰੀ ਫੁੱਲ ਆ, ਸਿਰਫ 40,000 ਡਿਮਾਂਡ ਆ, ਦੁੱਧ 15-16 ਕਿਲੋ ਇਹਨੇ ਦੇ ਦੇਣਾ ਸੀਗੀ ਤੀਜੇ ਨੰਬਰ 'ਤੇ। ਅੱਗੇ ਗੱਲ ਕਰ ਰਹੇ ਚੌਥੇ ਨੰਬਰ ਵਾਲੀ ਡੱਬੀ ਬੈਠ ਦੀ, ਇਹ ਕਿਹੜਾ ਸੂਂਦੀ ਹੈ ਜੀ? ਇਹ ਪਹਿਲਾ ਸੂਗਾ ਜੀ, ਦੋ ਦੰਦ ਆ ਮੂੰਹ। ਦੋ ਦੰਦ? ਦਿਨ ਕਿੰਨੇ ਕੁ ਲੈ ਜਾਣੇ ਵਾਲੇ? ਦਿਨ ਸੂਈ ਵੀ ਆਈ ਹੈ। ਅੱਛਾ, ਸੂਈ ਵੀ ਹੈ। ਬੱਚਾ ਕਿਹੜਾ ਇਹਦਾ? ਸੂਈ ਵੀ ਹੈ। ਇਹ ਬੱਚਾ? ਬੱਚਾ ਉਹ ਕਾਲਾ ਖੜਾ ਜੀ। ਉਹ ਕਾਲਾ ਬੱਚਾ, ਇਹਦਾ ਬੱਚਾ ਜਾਂ ਬੱਚੀ ਹੈ? ਬੱਚਾ ਜੀ। ਤੇ ਦੁੱਧ ਜਿਹੜਾ ਝੋਨੇ ਕਿੰਨਾ ਹੈਗਾ? 14 ਕਿਲੋ ਦਿੱਤਾ ਜੀ ਹੁਣ। 11 ਜਾਂ ਜਮਾ ਨੈਟ ਫਿੱਟ ਕਹਿਣ ਨੂੰ ਭਲਾ 16 ਕਹਾ ਲਓ, 17 ਕਹਾ ਲਓ, ਪਰ 14 ਕੋਈ ਵੀ ਬੰਦਾ ਭਾਵੇਂ ਆਨਲਾਈਨ ਲੈ ਲੈ ਚਾਹੇ ਆਫਲਾਈਨ ਲੈ ਲੈ, 14 ਲੀਟਰ ਅਸੀਂ ਤੋਲ ਕੇ ਦੇਵਾਂਗੇ। ਤੁਹਾਡੇ ਹਿਸਾਬ ਨਾਲ ਕਿੰਨੇ ਪਾ ਦੂ ਫਿਰ ਬਾਅਦ ਚੋਂ? ਦੁੱਧ ਤਾਂ ਸੇਵਾ ਨਾ ਜੀ, ਦੁੱਧ ਨੂੰ 20 ਲੀਟਰ ਵੀ ਹੁਣ ਥੋੜੀ ਗਰਮੀ ਹੈ, 20 ਲੀਟਰ ਵੀ ਪਾਉਣਾ ਚਾਹੀਦਾ, ਪਰ 17-18 ਆਰਾਮ ਨਾਲ ਕੋਈ ਸਾਡੇ ਤਾਂ ਤੁਸੀਂ ਦੇਖੇ ਹੁਣ ਮਾਲ ਡੰਗਰ ਬਹੁਤ ਜ਼ਿਆਦਾ ਪਸ਼ੂ ਜ਼ਿਆਦਾ ਥੋੜੇ। ਹਾਂਜੀ ਹਾਂਜੀ। ਤੇ ਭਾਅ ਇਹਦਾ ਜੀ? ਇਹਦਾ 45,000 ਰੁਪਏ। ਫਿਰ 45,000 ਭਾਅ, 14 ਕਿਲੋ ਤੋਲ ਕੇ ਲੈ ਜਾਓ, ਤਾਜ਼ੀ ਸੂਈ ਹੈ ਬੱਚਾ ਸਮੇਤ ਆ। ਦੋ ਦੰਦਾਂ ਮੂੰਹੋਂ ਦੋ ਦੰਦ ਆ, ਥਾਣ ਵਗੈਰਾ ਦੇਖੋ ਸੋਹਣੇ ਥਾਣ ਹਵਾਨੇ ਦੀ। ਹਾਂਜੀ। ਚੰਗੀ ਸਮੀ ਬੜੀ ਜਾਣਨੀ, ਕਦ ਕੁਦ ਬਹੁਤ ਵੱਡਾ ਤੇ ਡਬਲ ਬੈੜ ਆ, ਦੰਦ ਵੀ ਦਿਖਾ ਦਾਂਗੇ ਤੁਹਾਨੂੰ ਮਾੜਾ ਮੋਟਾ। ਸੋ ਚੌਥੇ ਨੰਬਰ ਵਾਲੀ ਬੈੜ ਦੀ ਸਮ ਮੁੱਲ 45,000, 14 ਲੀਟਰ ਦੁੱਧ ਤੁਹਾਨੂੰ ਹਾਜ਼ਰ ਮਿਲੂਗਾ, ਦੁੱਧ 17-18 ਲੀਟਰ ਪਾ ਦੂਗੀ ਤੇ 4 ਕਵੇ ਦੇ ਲਗਭਗ ਦਾ ਟਾਈਮ ਆ। ਵੀਡੀਓ ਕਵਰ ਕਰਦਾ, ਫੇਸ ਕੁਆਲਿਟੀ ਵਾਲਾ ਦੇਖੋ, ਮੋਹ ਦੋ ਦੰਦ ਓਰੀਜਨਲ ਦੋ ਦੰਦ ਆ ਤੇ ਕੱਦ ਕਾਠ ਬਹੁਤ ਡਬਲ ਆ, ਚੰਗੇ ਕੱਦ ਕਾਠ ਦੇ ਵਿੱਚ ਆ, ਬੋਡੀ ਵੇਟ ਵੀ ਚੰਗਾ।
ਹਾਂ ਜਿਹੜੀ ਪੰਜਵੇਂ ਨੰਬਰ ਤੇ ਆਪਾਂ ਜਰਸੀ ਕ੍ਰੋਸ ਦੇਖਦੇ ਪਏ ਆ ਇਹ ਕਿਹੜਾ ਸੂਆ ਸੀ ਜੀ ਇਹ ਦੂਜਾ ਸੂਆ ਜੀ ਸੂਈ ਨੂੰ ਟਾਈਮ ਕਿੰਨੇ ਹੋ ਗਿਆ ਸੂਈ ਪਰਸੋਂ ਸੂਈ ਜੀ ਬੱਚਾ ਕਿਹੜਾ ਦਾ ਉਹ ਬੱਚੀ ਵਾਲੀ ਡੱਬੀ ਵੀ ਬੋਲੀ ਜਾਂਦੀ ਡੱਬੀ ਪਚਾ ਲਈ ਤੇ ਦੁੱਧ ਇਹਦਾ ਚੋਨੇ ਕਿੰਨਾ ਹੈਗਾ ਦੁੱਧ ਹੁਣ ਬੋਲਾ ਹੈਗਾ ਜੀ 12 ਤੇ ਮਨ ਕੇ ਜੇ 5.5 ਲੀਟਰ ਡਾਂਗਾ ਨਿਬੜੂ ਜਾਂ ਹਾਂ ਜੀ ਹਾਂ 5.5 ਲੀਟਰ ਆਰਾਮ ਨਾਲ ਨਿਬੜੂ ਤੇ ਮੁੱਲੇ ਦਾ 35000 ਸਰ ਮੁੱਲੇ ਦਾ 35000 ਕੀਤਾ ਸਿਰਫ ਬਾਈਆਂ ਨੇ ਮੇਰੇ ਕੋਲ ਜਾਇਜ਼ ਰੇਟ ਮੰਗਿਆ ਬਾਕੀ ਥਾਂ ਲਿਓ ਦੇਖ ਸਕਦੇ ਸੋਹਣੇ ਥਾਂ ਦੇ ਜੀ ਤੇ ਥਾਂ ਤੁਹਾਨੂੰ ਪੂਰਾ ਚੰਗਾ ਦੇਖ ਸਕਦੇ ਪੂਰੇ ਸਾਫ ਸੁਥਰੇ ਥਾਂ ਲੇਵੇ ਦੀ ਆ ਰੇਟ ਬਿਲਕੁਲ ਬਾਜੋ 35000 ਰੁਪਿਆ ਲਓ ਦੇਖ ਧਾਰਾ ਮਾਰ ਕੇ ਦਿਖਾਈ ਦੇ ਉਹਦਾ ਧਾਰਾ ਦੇਖ ਸਕਦੇ ਚਾਰੇ ਸਾਲਾਂ 'ਚ ਧਾਰਾ ਇੱਕੋ ਜਿੱਕੇ ਜਮਾਂ 35000 ਰੁਪਇਆ ਅਤੇ ਥੋੜ੍ਹੀ ਮੰਨ ਕੇ ਚਲੋ ਸੇਵਾ ਵਗੈਰਾ ਘੱਟ ਆ ਜ਼ਿਆਦਾ ਬਸ ਹੋਣ ਕਾਰਨ ਖੈਰ ਚੰਗੀ ਆ ਸਿਰਫ ਪੰਜਵੇਂ ਨੰਬਰ ਵਾਲੀ ਵੈਟ ਦੇਖ ਸਕਦੇ ਜਰਸੀ ਤੁਸੀਂ ਮੁੱਲ ਵੀ ਕਿੰਨਾ 35 ਕਰਾਈ ਹਾਂਜੀ ਹਾਂਜੀ 35 35000 ਬਣ ਜਾਂਦੇ ਨੇ ਮੁੱਲ ਕੀਤਾ ਸੀ ਅਤੇ ਬਾਕੀ ਥਾਂ ਲਿਆ ਸਾਫ ਸੁਥਰਾ ਚੰਗਾ ਉਹਦੇ 12 ਕਿਲੋ ਹੈਗਾ ਗੌਰ ਵਗੈਰਾ ਹੋ ਗਈ ਚੰਗੀ ਕਿਲੋ ਖੰਡ ਹੋਰ ਬਾਜੂ 2 ਕਿਲੋ ਬਾਹਲਾ ਕੋਈ ਵਧਣਾ ਕੋਈ ਨਹੀਂ ਅਤੇ ਰੇਟ ਬਿਲਕੁਲ ਬਾਜੂਗਾ 35000 ਰੁਪਏ ਸਿਰਫ ਪੰਜ ਨਾਗਾ ਪਸੰਦ ਦਿਖਾ ਚੁੱਕਿਆ ਪਿੰਡ ਦਿਆਲਪੁਰਾ ਮਿਰਚੇਗਾ ਅਤੇ ਨੰਬਰ ਬੋਲਿਓ ਬਾਈ ਇੱਕ ਵਾਰੀ ਆਪਣਾ 99151 ਜੀ 5147 ਅਤੇ 94171 ਸੋ ਕਿਸੇ ਵੀਰ ਦੇ ਕੋਈ ਵੀ ਨਾ ਪਸੰਦ ਹੋਵੇ ਤਾਂ ਇਸ ਨੰਬਰ 'ਤੇ ਕੋਨੈਕਟ ਕਰਕੇ ਖਰੀਦਦਾਰੀ ਕਰਦੇ ਵਪਾਰ ਦਾ ਕੰਮ ਆ ਕਾਫੀ ਸਾਰੇ ਪਸ਼ੂ ਵੀਰਾਂ ਕੋਲ ਰੋਟੀਆਂ 'ਚ ਆਉਂਦੇ ਰਹਿੰਦੇ ਚੰਗੀਆਂ ਮੱਝਾਂ ਵੀ ਆਉਂਦੀਆਂ ਗੀਆਂ ਜੇ ਕਿਸੇ ਵੀਰ ਨੇ ਮੱਝ ਵਗੈਰਾ ਵੀ ਖਰੀਦਣੀ ਹੋਵੇ ਤਾਂ ਤੁਸੀਂ ਵਿਜ਼ਿਟ ਕਰਕੇ ਇੱਥੇ ਕੋਨੈਕਟ ਵਗੈਰਾ ਕਰਕੇ ਖਰੀਦ ਸਕਦੇ ਹੋ ਇਸ ਵਕਤ 14 ਕਿਲੋ ਮੱਝ ਥੱਲੇ ਦੁੱਧ ਤਿਆਰ ਉਹ ਵੀ ਇੱਥੇ ਖੜੀ ਹੈ ਅਤੇ ਬਾਕੀ ਹੋਰ ਦੇਖ ਸਕਦੇ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਨਵੀਂ ਹੋਰ ਵੀਡੀਓ ਨਾਲ ਸੋ ਵੀਰੇ ਸਾਲਾ ਮਾਲ ਇਹ ਅੰਦਰਲਾ ਸੋਇਆ ਹੋਇਆ ਹੈਗਾ ਜੇ ਕਿਸੇ ਵੀਰ ਦੇ ਮਾਝੀ ਪਸੰਦ ਹੋਵੇ ਤਾਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।